ਭਾਜਪਾ ਨੇ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਕਿਸੇ ਫਿਲਮੀ ਸਿਤਾਰੇ ਨੂੰ ਟਿਕਟ ਨਾ ਦੇ ਕੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਤਾਰਿਆ ਗਿਆ। ਬੱਬੂ ਸੁਜਾਨਪੁਰ ਤੋਂ 3 ਵਾਰ ਵਿਧਾਇਕ ਅਤੇ 2012 ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਦਹਾਕਿਆਂ ਬਾਅਦ ਭਾਜਪਾ ਨੇ ਇਸ ਵਾਰ ਕਿਸੇ ਸਥਾਨਕ ਨੇਤਾ ਦੇ ਦਾਅ ਖੇਡਿਆ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਸੰਸਦ ਮੈਂਬਰ ਸਨੀ ਦਿਓਲ ਨੇ 5 ਸਾਲ ਇਸ ਹਲਕੇ ਤੋਂ ਦੂਰੀ ਬਣਾਈ ਰੱਖੀ, ਜਿਸ ਕਾਰਨ ਲੋਕਾਂ ਦਾ ਬਾਹਰਲੇ ਨੇਤਾ ਤੋਂ ਵਿਸ਼ਵਾਸ ਉੱਠ ਗਿਆ ਹੈ। ਦੱਸ ਦਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ ਹੌਟ ਸੀਟਾਂ ਦੇ ਵਿੱਚ ਜਾਣੀ ਜਾਂਦੀ ਹੈ ਅਤੇ ਇਸ ਸੀਟ ਉੱਤੇ ਭਾਜਪਾ ਕਾਫੀ ਮਜ਼ਬੂਤ ਰਹੀ ਹੈ। ਭਾਜਪਾ ਦੇ ਉਮੀਦਵਾਰ ਹੋਰ ਪਾਰਟੀਆਂ ਦੇ ਆਗੂਆਂ ਨੂੰ ਵੱਡੀ ਲੀਡ ਨਾਲ ਹਰਾਉਂਦੇ ਰਹੇ ਹਨ, ਪਰ ਇਸ ਵਾਰ 4 ਵੱਡੀਆਂ ਪਾਰਟੀਆਂ ਕਾਂਗਰਸ, ਆਪ, ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇੱਥੇ ਅਕਾਲੀ ਭਾਜਪਾ ਵੱਖ ਵੱਖ ਚੋਣ ਮੈਦਾਨ ਵਿੱਚ ਉਤਰੇਗੀ। ਭਾਜਪਾ ਫਿਲਮੀ ਸਿਤਾਰਿਆਂ ਦੇ ਦਮ ਉੱਤੇ ਇੱਕ ਤਰਫਾ ਚੋਣਾਂ ਜਿੱਤਦੀ ਰਹੀ ਹੈ। ਦੂਜੇ ਪਾਸੇ ਦਿਨੇਸ਼ ਸਿੰਘ ਨੇ 1995 ਬੀਤੇ ਵਿੱਚ ਭਾਜਪਾ ਦੀ ਤਰਫੋਂ ਇੱਕ ਵਰਕਰ ਵਜੋਂ ਸਿਆਸਤ ਦੀ ਸ਼ੁਰੂਆਤ ਕੀਤੀ ਸੀ। ਭਾਜਪਾ ਨੇ ਉਹਨਾਂ ਨੂੰ 2007 ਦੇ ਵਿੱਚ ਪਹਿਲੀ ਵਾਰ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਸੀ। ਬੱਬੂ 2007, 2012 ਅਤੇ 2017 ਦੇ ਵਿੱਚ ਲਗਾਤਾਰ 3 ਵਾਰ ਸੁਜਾਨਪੁਰ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ 2022 ਵਿੱਚ ਪਹਿਲੀ ਵਾਰ ਸੁਜਾਨਪੁਰ ਤੋਂ ਕਾਂਗਰਸ ਉਮੀਦਵਾਰ ਨਰੇਸ਼ ਭੁਰੀ ਤੋਂ ਚੋਣ ਹਾਰ ਗਏ ਸਨ। ਦਿਨੇਸ਼ ਸਿੰਘ ਬੱਬੂ ਰਾਜਪੂਤ ਭਾਈਚਾਰੇ ਤੋਂ ਆਉਂਦੇ ਹਨ। ਗੁਰਦਾਸਪੁਰ ਸੰਸਦੀ ਹਲਕੇ ਦੇ ਵਿੱਚ ਲਗਭਗ 13 ਲੱਖ ਵੋਟਰ ਹਨ, ਜਿਨ੍ਹਾਂ ਦੇ ਵਿੱਚੋਂ 3 ਲੱਖ ਤੋਂ ਵੱਧ ਵੋਟਰ ਰਾਜਪੂਤ ਭਾਈਚਾਰੇ ਦੇ ਹਨ, ਜੋ ਖੁਦ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਹੋਣ ਦਾ ਦਾਅਵਾ ਕਰਦੇ ਹਨ। ਹੁਣ ਬੱਬੂ ਨੂੰ ਭਾਈਚਾਰੇ ਦੇ ਵੋਟਾਂ ਦਾ ਸਮਰਥਨ ਮਿਲ ਸਕਦਾ ਹੈ। ਸੁਜਾਨਪੁਰ ਤੋਂ 3 ਵਾਰ ਵਿਧਾਇਕ ਅਤੇ 1 ਵਾਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਹਨ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪੱਧਰ ਉੱਤੇ ਵੀ ਵੱਖ ਵੱਖ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਭਾਜਪਾ ਨੇ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਕਿਸੇ ਫਿਲਮੀ ਸਿਤਾਰੇ ਨੂੰ ਟਿਕਟ ਨਾ ਦੇ ਕੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਤਾਰਿਆ ਗਿਆ। ਬੱਬੂ ਸੁਜਾਨਪੁਰ ਤੋਂ 3 ਵਾਰ ਵਿਧਾਇਕ ਅਤੇ 2012 ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਦਹਾਕਿਆਂ ਬਾਅਦ ਭਾਜਪਾ ਨੇ ਇਸ ਵਾਰ ਕਿਸੇ ਸਥਾਨਕ ਨੇਤਾ ਦੇ ਦਾਅ ਖੇਡਿਆ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਸੰਸਦ ਮੈਂਬਰ ਸਨੀ ਦਿਓਲ ਨੇ 5 ਸਾਲ ਇਸ ਹਲਕੇ ਤੋਂ ਦੂਰੀ ਬਣਾਈ ਰੱਖੀ, ਜਿਸ ਕਾਰਨ ਲੋਕਾਂ ਦਾ ਬਾਹਰਲੇ ਨੇਤਾ ਤੋਂ ਵਿਸ਼ਵਾਸ ਉੱਠ ਗਿਆ ਹੈ। ਦੱਸ ਦਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ ਹੌਟ ਸੀਟਾਂ ਦੇ ਵਿੱਚ ਜਾਣੀ ਜਾਂਦੀ ਹੈ ਅਤੇ ਇਸ ਸੀਟ ਉੱਤੇ ਭਾਜਪਾ ਕਾਫੀ ਮਜ਼ਬੂਤ ਰਹੀ ਹੈ। ਭਾਜਪਾ ਦੇ ਉਮੀਦਵਾਰ ਹੋਰ ਪਾਰਟੀਆਂ ਦੇ ਆਗੂਆਂ ਨੂੰ ਵੱਡੀ ਲੀਡ ਨਾਲ ਹਰਾਉਂਦੇ ਰਹੇ ਹਨ, ਪਰ ਇਸ ਵਾਰ 4 ਵੱਡੀਆਂ ਪਾਰਟੀਆਂ ਕਾਂਗਰਸ, ਆਪ, ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇੱਥੇ ਅਕਾਲੀ ਭਾਜਪਾ ਵੱਖ ਵੱਖ ਚੋਣ ਮੈਦਾਨ ਵਿੱਚ ਉਤਰੇਗੀ। ਭਾਜਪਾ ਫਿਲਮੀ ਸਿਤਾਰਿਆਂ ਦੇ ਦਮ ਉੱਤੇ ਇੱਕ ਤਰਫਾ ਚੋਣਾਂ ਜਿੱਤਦੀ ਰਹੀ ਹੈ। ਦੂਜੇ ਪਾਸੇ ਦਿਨੇਸ਼ ਸਿੰਘ ਨੇ 1995 ਬੀਤੇ ਵਿੱਚ ਭਾਜਪਾ ਦੀ ਤਰਫੋਂ ਇੱਕ ਵਰਕਰ ਵਜੋਂ ਸਿਆਸਤ ਦੀ ਸ਼ੁਰੂਆਤ ਕੀਤੀ ਸੀ। ਭਾਜਪਾ ਨੇ ਉਹਨਾਂ ਨੂੰ 2007 ਦੇ ਵਿੱਚ ਪਹਿਲੀ ਵਾਰ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਸੀ। ਬੱਬੂ 2007, 2012 ਅਤੇ 2017 ਦੇ ਵਿੱਚ ਲਗਾਤਾਰ 3 ਵਾਰ ਸੁਜਾਨਪੁਰ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ 2022 ਵਿੱਚ ਪਹਿਲੀ ਵਾਰ ਸੁਜਾਨਪੁਰ ਤੋਂ ਕਾਂਗਰਸ ਉਮੀਦਵਾਰ ਨਰੇਸ਼ ਭੁਰੀ ਤੋਂ ਚੋਣ ਹਾਰ ਗਏ ਸਨ। ਦਿਨੇਸ਼ ਸਿੰਘ ਬੱਬੂ ਰਾਜਪੂਤ ਭਾਈਚਾਰੇ ਤੋਂ ਆਉਂਦੇ ਹਨ। ਗੁਰਦਾਸਪੁਰ ਸੰਸਦੀ ਹਲਕੇ ਦੇ ਵਿੱਚ ਲਗਭਗ 13 ਲੱਖ ਵੋਟਰ ਹਨ, ਜਿਨ੍ਹਾਂ ਦੇ ਵਿੱਚੋਂ 3 ਲੱਖ ਤੋਂ ਵੱਧ ਵੋਟਰ ਰਾਜਪੂਤ ਭਾਈਚਾਰੇ ਦੇ ਹਨ, ਜੋ ਖੁਦ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਹੋਣ ਦਾ ਦਾਅਵਾ ਕਰਦੇ ਹਨ। ਹੁਣ ਬੱਬੂ ਨੂੰ ਭਾਈਚਾਰੇ ਦੇ ਵੋਟਾਂ ਦਾ ਸਮਰਥਨ ਮਿਲ ਸਕਦਾ ਹੈ। ਸੁਜਾਨਪੁਰ ਤੋਂ 3 ਵਾਰ ਵਿਧਾਇਕ ਅਤੇ 1 ਵਾਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਹਨ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪੱਧਰ ਉੱਤੇ ਵੀ ਵੱਖ ਵੱਖ ਅਹੁਦਿਆਂ ਉੱਤੇ ਰਹਿ ਚੁੱਕੇ ਹਨ।